ਜਦੋਂ ਮੈਂ ਇਸ ਅੰਦੋਲਨ ਵਿੱਚ ਆਉਣ ਬਾਰੇ ਸੋਚਿਆ ਤਾਂ ਮੈਂ ਆਪਣੇ ਨਾਲਦਿਆਂ ਨੂੰ ਕਿਹਾ ਕਿ ਮੈਂ ਕਿਸਾਨ ਅੰਦੋਲਨ ਵਿੱਚ ਜਾਣਾ ਹੈ ਤਾਂ ਤੁਸੀਂ ਮੇਰੇ ਨਾਲ ਚੱਲੋ। ਤੇ ਬੜੇ ਅਫਸੋਸ ਦੀ ਗੱਲ ਹੈ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਤੇ ਵਿਹਲੇ ਲੋਕ ਨੇ, ਇਹ ਰਾਜਨੀਤਿਕ ਲੋਕ ਨੇ, ਵੀ ਅਸੀਂ ਇਹਨਾਂ ਪੰਗਿਆਂ ਦੇ ਵਿੱਚ ਨਹੀਂ ਪੈਣਾ, ਵੀ ਤੁਸੀਂ ਇੱਕ ਸਟੂਡੈਂਟ ਹੋ ਤੇ ਤੁਸੀਂ, ਤੁਹਾਡੇ ਤੇ 31 ਕਿਸਾਨ ਜਥੇਬੰਦੀਆਂ ਨੇ, ਤੁਹਾਡੇ ਤੇ ਪਰਚੇ ਹੋਣਗੇ, ਕੋਈ ਤੁਹਾਡੇ ਨਾਲ ਕੰਮ ਨਹੀਂ ਕਰਨਾ ਚਾਹੇਗਾ ਤੇ ਜੇ ਤੁਸੀਂ ਇਦਾਂ ਦੀਆਂ ਸਟੇਜਾਂ ਤੇ ਜਾਓਗੇ। ਤੇ ਮੈਂ ਬਹੁਤ ਕਨਫਿਊਜ਼ ਸੀਗੀ ਕਿਉਂਕਿ ਮੇਰਾ ਦਿਲ ਕਰਦਾ ਸੀ ਮੈਂ ਇੱਥੇ ਆਵਾਂ, ਤੇ ਮੈਂ ਆਪਣੇ ਸਰ ਪੰਜਾਬ ਸਿੰਘ ਕਾਲੋ ਜੀ ਨੂੰ ਫੋਨ ਲਾਇਆ ਤੇ ਉਹਨਾਂ ਨਾਲ ਸਲਾਹ ਕੀਤੀ ਕਿ ਸਰ ਮੈਨੂੰ ਕੀ ਕਰਨਾ ਚਾਹੀਦਾ ਹੈ। ਸੋ ਉਹਨਾਂ ਨੇ ਜੋ ਮੈਨੂੰ ਕਿਹਾ, ਮੈਂ ਚਾਹਾਂਗੀ ਕਿ ਹਰ ਉਹ ਪੁਲਿਸ ਵਾਲਾ ਸੁਣੇ ਜਿਹੜਾ ਨਿਹੱਥੇ ਬੀਬੀਆਂ ਤੇ ਟੀਚਰਾਂ ਤੇ ਨਿਹੰਗਾ ਸਿੰਘਾਂ ਤੇ ਡਾਂਗਾ ਵਰਾਉਣ ਲੱਗਾ ਨਹੀਂ ਸੋਚਦਾ। ਹਰ ਉਹ ਮੀਡੀਆ ਵਾਲਾ ਸੁਣੇ ਜਿਹੜਾ ਕਿਸਾਨਾਂ ਤੋਂ ਤੇ ਭੋਲੇ ਭਾਲੇ ਬੱਚਿਆਂ ਤੋਂ ਆਰਡੀਨੈਂਸ ਦਾ ਮਤਲਬ ਪੁੱਛਦਾ ਹੈ, ਤੇ ਹਰ ਉਹ ਲੀਡਰ ਆਗੂ ਸੁਣੇ ਜਿਹੜਾ ਅੰਦੋਲਨ ਵਿੱਚ ਅੰਦੋਲਨ ਖੜਾ ਕਰਕੇ ਸਰਕਾਰ ਦੇ ਹੱਥ ਠੋਕੇ ਦੀ ਭੂਮਿਕਾ ਵਿੱਚ ਹਨ। ਸੋ ਜੇ ਅਸੀਂ ਆਪਣੇ ਹੱਕਾਂ ਦੀ ਸੱਚ ਦੀ ਗੱਲ ਕਰਦੇ ਹਾਂ ਤੇ ਅਸੀਂ ਅੱਤਵਾਦੀ ਬਣ ਜਾਂਦੇ ਹਾਂ, ਤੇ ਜੇ ਅਸੀਂ ਬਾਰਡਰਾਂ ਤੇ ਜਾ ਕੇ ਪੰਜਾਬੀ ਸ਼ਹੀਦ ਹੁੰਦੇ ਨੇ, ਮਰਦੇ ਨੇ, ਤਾਂ ਉਹ ਸ਼ਹੀਦ ਕਹਿਲਾਉਂਦੇ ਨੇ। ਸੋ ਇੱਥੇ ਅੱਜ ਵੀ ਬਹੁਤ ਸਾਰੇ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭੇ ਵਰਗੇ ਚਾਈਨਾ ਪਾਕ ਬਾਰਡਰ ਤੇ ਲੜ ਰਹੇ ਨੇ, ਤੇ ਉਹਨਾਂ ਦੇ ਬੱਚੇ, ਉਹਨਾਂ ਦੇ ਪਿਓ ਸ਼ੰਭੂ ਬਾਰਡਰ ਤੇ ਆ ਕੇ ਲੜ ਰਹੇ ਨੇ। ਸੋ ਇੱਥੇ ਚਾਰ ਕੁ ਲੈਣਾ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗੀ। ਚਾਈਨਾ ਪਾਕ ਬਾਰਡਰ ਤੇ ਪੁੱਤ ਲੜੀ ਜਾਂਦੇ ਆ, ਤੇ ਸ਼ੰਭੂ ਵਾਲੇ ਬਾਰਡਰ ਤੇ ਬਾਪੂ ਲੜਦਾ। ਚਾਈਨਾ ਪਾਕ ਬਾਰਡਰ ਤੇ ਪੁੱਤ ਲੜੀ ਜਾਂਦੇ ਆ, ਤੇ ਸ਼ੰਭੂ ਵਾਲੇ ਬਾਰਡਰ ਤੇ ਬਾਪੂ ਲੜਦਾ। ਹੋ ਸ਼ਾਹੂਕਾਰ ਸਾਰੇ ਅੰਬਰਾਂ ਤੇ ਚੜੀ ਜਾਂਦੇ ਆ, ਤੇ ਜਾਂਦਾ ਏ ਗਰੀਬ ਧਰਤੀ ਚ ਵੜਦਾ। ਹੋ ਸ਼ਾਹੂਕਾਰ ਸਾਰੇ ਅੰਬਰਾਂ ਤੇ ਚੜੀ ਜਾਂਦੇ ਆ, ਤੇ ਜਾਂਦਾ ਏ ਗਰੀਬ ਧਰਤੀ ਚ ਵੜਦਾ। ਹੋ ਕੱਚ ਦੇ ਬਣਾ ਕੇ ਬੈਠੀ ਕਰ ਦਿੱਲੀ ਏ ਨੀ ਐਵੇਂ ਪੱਥਰ ਪੰਜਾਬ ਉੱਤੇ ਸੁੱਟਣਾ। ਹੋ ਇਹਨਾ ਅਫਗਾਨੀ ਅਬਦਾਲੀ ਕਈ ਵਾਰੀ ਕੁੱਟੇ ਤੇਰੇ ਕੋਲੋਂ ਖਾਣੀ ਇਹਨਾ ਕੁੱਟਣਾ। ਹੋ ਇਹਨਾ ਅਬਦਾਲੀ ਅਫਗਾਨੀ ਕਈ ਵਾਰੀ ਕੁੱਟੇ ਤੇਰੇ ਕੋਲੋਂ ਖਾਣੀ ਇਹਨਾ ਕੁੱਟਣਾ। ਉਹ ਹੱਥ ਨਾ ਪੰਜਾਬੀ ਕਿਸੇ ਦੇ ਆ ਪੈਰਾਂ ਥੱਲੇ ਤਰੇ ਧਰਦਾ, ਤੇ ਧੋਣੀ ਉੱਤੇ ਗੋਡਾ ਧਰਦਾ। ਹੋ ਚਾਈਨਾ ਪਾਕ ਬਾਰਡਰ ਤੇ ਪੁੱਤ ਲੜੀ ਜਾਂਦੇ ਆ, ਤੇ ਸ਼ੰਭੂ ਵਾਲੇ ਬਾਰਡਰ ਤੇ ਬਾਪੂ ਲੜਦਾ। ਹੋ ਪਹਿਲਾਂ ਤੇਰੀ ਅੱਖ ਸਾਡੇ ਤਖਤਾਂ ਤੇ ਪੱਗ ਤੇ ਨੀ, ਹੁਣ ਤੇਰੀ ਅੱਖ ਸਾਡੀ ਮਾਂ ਤੇ। ਹੋ ਮਾਂ ਏ ਜ਼ਮੀਨ ਸਾਡੀ ਇਹਦੇ ਵੱਲ ਤੱਕਿਆ, ਤੇ ਸੱਚੀ ਗੱਲ ਠੋਕ ਦਾਂਗੇ ਥਾਂ ਤੇ। ਹੋ ਮਾਂ ਏ ਜ਼ਮੀਨ ਸਾਡੀ ਇਹਦੇ ਵੱਲ ਤੱਕਿਆ, ਤੇ ਸੱਚੀ ਗੱਲ ਠੋਕ ਦਾਂਗੇ ਥਾਂ ਤੇ। ਹੋ ਪਹਿਲਾਂ ਤੇਰੀ ਅੱਖ ਸਾਡੇ ਤਖਤਾਂ ਤੇ ਪੱਗ ਤੇ ਨੀ, ਹੁਣ ਤੇਰੀ ਅੱਖ ਸਾਡੀ ਮਾਂ ਤੇ। ਹੋ ਮਾਂ ਏ ਜ਼ਮੀਨ ਸਾਡੀ ਇਹਦੇ ਵੱਲ ਤੱਕਿਆ, ਤੇ ਸੱਚੀ ਗੱਲ ਠੋਕ ਦਾਂਗੇ ਥਾਂ ਤੇ। ਹੋ ਪੜ੍ਹੇ ਲਿਖੇ ਬੰਦੇ ਤਾਂ ਨੇ ਪਿੱਛੇ ਨਿਗਾਹ ਮਾਰ ਲੈਂਦੇ, ਮੂਰਖ ਤੇ ਕਾਨੂੰ ਇਤਿਹਾਸ ਪੜ੍ਹਦਾ। ਹੋ ਚਾਈਨਾ ਪਾਕ ਬਾਰਡਰ ਤੇ ਪੁੱਤ ਲੜੀ ਜਾਂਦੇ ਆ, ਤੇ ਸ਼ੰਭੂ ਵਾਲੇ ਬਾਰਡਰ ਤੇ ਬਾਪ ਲੜਦਾ। ਹੋ ਬਦਲ ਗਏ ਚਿਹਰੇ ਪਰ ਸੋਚ ਤੇਰੀ ਬਦਲੀ ਨਾ, ਅੱਜ ਵੀ ਤੂੰ ਹੱਥਾਂ ਵਿੱਚ ਡੈਰਾਂ ਦੇ। ਹੋ ਬਦਲ ਗਏ ਚਿਹਰੇ ਪਰ ਸੋਚ ਤੇਰੀ ਬਦਲੀ ਨਾ, ਅੱਜ ਵੀ ਤੂੰ ਹੱਥਾਂ ਵਿੱਚ ਡੈਰਾਂ ਦੇ। ਹੋ ਕਦੇ ਨੀ ਕਾਰੋਂ ਹਰਿਆ ਉਹ ਕਹਿੰਦਾ ਬੇੜੀਆਂ ਨਾ ਪਾ ਸਾਨੂੰ, ਅਸੀਂ ਆ ਖਡਾਰੀ ਕਈ ਲਹਿਰਾਂ ਦੇ। ਹੋ ਕਾਰੋਂ ਹਰਿਆ ਉਹ ਕਹਿੰਦਾ ਬੇੜੀਆਂ ਨਾ ਪਾ ਸਾਨੂੰ, ਅਸੀਂ ਆ ਖਡਾਰੀ ਕਈ ਲਹਿਰਾਂ ਦੇ। ਹੋ ਕਦੇ ਨੀ ਤੂੰ ਵੰਡਦੀ ਏ, ਕਦੇ ਨੀ ਤੂੰ ਭੰਡਦੀ ਏ, ਐਡੀ ਛੇਤੀ ਕਦੇ ਨੀ ਪੰਜਾਬ ਮਰਦਾ। ਹੋ ਚਾਈਨਾ ਪਾਕ ਬਾਰਡਰ ਤੇ ਪੁੱਤ ਲੜੀ ਜਾਂਦੇ ਆ, ਤੇ ਸ਼ੰਭੂ ਵਾਲੇ ਬਾਰਡਰ ਤੇ ਬਾਪੂ ਲੜਦਾ। ਹੋ ਸ਼ਾਹੂਕਾਰ ਸਾਰੇ ਅੰਬਰਾਂ ਤੇ ਚੜੀ ਜਾਂਦੇ ਆ, ਤੇ ਜਾਂਦਾ ਏ ਗਰੀਬ ਧਰਤੀ ਚ ਵੜਦਾ। ਹੋ ਚਾਈਨਾ ਪਾਕ ਬਾਰਡਰ ਤੇ ਪੁੱਤ ਲੜੀ ਜਾਂਦੇ ਆ, ਤੇ ਸ਼ੰਭੂ ਵਾਲੇ ਬਾਰਡਰ ਤੇ ਬਾਪੂ ਲੜਦਾ। ਸੋ ਇਹਨਾਂ ਚੰਦ ਸ਼ਬਦਾਂ ਦੇ ਨਾਲ ਹੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ।
ते एक वारी किसान दे नाम ते फतेह बुलावांगे जी। बोले श्री अकाल, वाहेगुरु जी का खालसा, वाहेगुरु जी की फतेह। कदे डोलियो ना, हौसले बुलंद रखियो, हो असी जितांगे जरूर, जारी जंग रखियो। सत श्री अकाल, प्लीज साडे चैनल सांझा पंजाब नू लाइक ते सब्सक्राइब करो यूट्यूब ते।